ਮੈਂ ਮਹਿੰਦਰਪਾਲ ਸਿੰਘ ਬੱਬਰ, ਮੁੱਖ ਸਕੱਤਰ ਰਾਸ਼ਟਰੀ ਸਮਾਜਵਾਦੀ ਪਾਰਟੀ ਸੈਕੂਲਰ। ਅੱਜ ਦਾ ਜਿਹੜਾ ਮੁੱਦਾ ਹੈ, ਜੋ ਕੱਲ ਇੱਕ ਫੈਸਲਾ ਆਇਆ ਹੈ ਮਾਨਯੋਗ ਦਿੱਲੀ ਹਾਈ ਕੋਰਟ ਡਬਲ ਬੈਂਚ ਵੱਲੋਂ, ਜਿਹਦੇ ਵਿੱਚ ਕਾਂਗਰਸ ਦਾ ਇੱਕ ਬਹੁਤ ਹੀ ਕੱਦਾਵਰ ਨੇਤਾ ਸੱਜਣ ਕੁਮਾਰ ਤੇ 6 ਹੋਰ ਦੋਸ਼ੀ, ਜਿਨ੍ਹਾਂ ਨੂੰ ਕਿ ਉਮਰ ਕੈਦ ਅਤੇ 3 ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਜੁਰਮਾਨਾ ਕੀਤਾ ਗਿਆ ਹੈ। 1984 ਦੇ ਵਿੱਚ ਦਿੱਲੀ ਦੀ ਪਾਲਮ ਕਲੋਨੀ ਵਿੱਚ 5 ਸਿੱਖਾਂ ਦੇ ਕਤਲੇਆਮ, ਉਹਨਾਂ ਨੂੰ ਜ਼ਿੰਦਾ ਜਲਾਉਣ ਦੇ ਦੋਸ਼ ਅਤੇ ਰਾਜਨਗਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕੀਤੇ ਗਏ, ਜੋ ਕਿ ਬਹੁਤ ਦੁਖਦਾਈ ਘਟਨਾ ਹੈ। ਔਰ ਉਸ ਤੋਂ ਇਲਾਵਾ ਹੋਰ ਵੀ ਜਗ੍ਹਾ ਤੇ ਉਹਨਾਂ ਨੇ ਦਿੱਲੀ ਦੇ ਇਲਾਕਿਆਂ ਵਿੱਚ ਭੀੜ ਨੂੰ ਉਕਸਾਇਆ ਅਤੇ ਸਿੱਖ ਪਰਿਵਾਰਾਂ ਤੇ ਹਮਲੇ ਕਰਵਾਏ, ਉਹਨਾਂ ਦੀ ਪ੍ਰਾਪਰਟੀ ਨਸ਼ਟ ਕੀਤੀ, ਸਾੜੀ ਗਈ, ਜਿੰਦੇ ਸਿੱਖ ਜਲਾਏ ਗਏ। ਇਸ ਗੱਲ ਦਾ ਅਸੀਂ ਬਹੁਤ ਸ਼ਰਮਸਾਰ ਗੱਲ ਦੀ ਨਿੰਦਾ ਕਰਦੇ ਹਾਂ। ਔਰ ਮਾਨਯੋਗ ਕੋਰਟ ਹਾਈ ਕੋਰਟ ਡਬਲ ਬੈਂਚ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ, ਪਰ ਅਸੀਂ ਇਹ ਮੰਗ ਕਰਦੇ ਹਾਂ ਕਿ ਸੱਜਣ ਕੁਮਾਰ ਨੂੰ ਘੱਟ ਤੋਂ ਘੱਟ ਜਿਹੜੀ ਸਜ਼ਾ, ਉਹ ਫਾਂਸੀ ਹੋਣੀ ਚਾਹੀਦੀ ਸੀ, ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ। ਬਾਕੀ ਅਸੀਂ ਇਹ ਮੰਗ ਕਰਾਂਗੇ, ਕਾਂਗਰਸ ਪਾਰਟੀ ਨੇ ਜਦੋਂ ਵੀ 1984 ਦੇ ਸਿੱਖਾਂ ਵਿੱਚ ਜਿਹੜੇ ਉਹਨਾਂ ਦੇ ਨੇਤਾ ਸ਼ਾਮਲ ਰਹੇ ਹਨ, ਸਮੇਂ ਸਮੇਂ ਸਿਰ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਹਨ, ਉਹਨਾਂ ਨੂੰ ਪਾਰਟੀ ਦੇ ਵਿੱਚ ਅੱਛੇ ਅਹੁਦੇ ਦਿੱਤੇ ਹਨ, ਜਿਸ ਦਾ ਇੱਕ ਸਬੂਤ ਹੋਣ ਮੌਜੂਦਾ ਸਮੇਂ ਵਿੱਚ ਹੈ। ਜੋ ਕਮਲਨਾਥ ਇੱਕ ਕੱਦਾਵਰ ਨੇਤਾ ਹਨ, ਉਸ ਸਮੇਂ ਉਹਨਾਂ ਦੀ ਬਹੁਤ ਅਹਿਮ ਭੂਮਿਕਾ ਰਹੀ ਹੈ, ਜਿਨ੍ਹਾਂ ਦੀਆਂ ਹੁਣ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਵਾਇਰਲ ਹੋਈਆਂ ਹਨ ਤੇ ਉਹ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਲ ਬਹੁਤ ਨਿਕਟਵਰਤੀ ਸਨ, ਔਰ ਉਸ ਨਾਲ ਉਸ ਇੱਥੋਂ ਤੱਕ ਕਿ ਉਹਨਾਂ ਦੀ ਡਰਾਈਵਰੀ ਤੱਕ ਕਰਦੇ ਸਨ। ਉਸ ਕਮਲਨਾਥ ਤੇ ਵੀ ਇਹ ਦੋਸ਼ ਹਨ, ਔਰ ਇਹਦੇ 'ਚ ਉਹਨਾਂ ਦੇ ਬਿਆਨ ਤੋਂ ਇਹ ਸਾਬਤ ਹੁੰਦਾ ਹੈ, ਜਿਹਦੇ 'ਚ ਉਹਨਾਂ ਸਪਸ਼ਟੀਕਰਨ ਦਿੱਤਾ ਜੀ ਮੇਰੀ ਸਿੱਖ ਕਤਲਿਆਂ ਵਿੱਚ ਕੋਈ ਭੂਮਿਕਾ ਨਹੀਂ। ਕਾਂਗਰਸ ਪਾਰਟੀ ਨੇ ਉਸ 1984 ਦੇ ਸਿੱਖ ਕਤਲੇਆਮ ਕਰਨ ਵਾਲੇ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਕੇ ਉਹਨਾਂ ਨੂੰ ਸਿੱਖਾਂ ਦੇ ਕਤਲੇਆਮ ਦਾ ਤੋਹਫਾ ਦਿੱਤਾ ਹੈ। ਅਸੀਂ ਇਸ ਗੱਲ ਦੀ ਸਖ਼ਤ ਨਿੰਦਿਆ ਕਰਦੇ ਹਾਂ। ਅਸੀਂ ਇਹ ਮੰਗ ਕਰਦੇ ਹਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਕੋਲੋਂ, ਉਹਨਾਂ ਨੂੰ ਸਿੱਖਾਂ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਮੁੱਖ ਮੰਤਰੀ ਦੇ ਪਦ ਤੋਂ ਉਤਾਰ ਕੇ ਆਪਣਾ ਜੋ ਉਹਨਾਂ ਨੂੰ ਉਤਾਰਨਾ ਚਾਹੀਦਾ ਹੈ, ਔਰ ਜੋ ਉਹਨਾਂ ਤੇ ਦੋਸ਼ ਲੱਗੇ ਹਨ ਉਸ ਦੇ ਤਹਿਤ ਉਹਨਾਂ ਨੂੰ ਪਾਰਟੀ ਚੋਂ ਵੀ ਕੱਢਿਆ ਜਾਏ। ਔਰ ਅਸੀਂ ਇਹ ਮਾਨਵੀ ਅਦਾਲਤਾਂ ਤੋਂ ਵੀ, ਮਾਨਯੋਗ ਅਦਾਲਤਾਂ ਤੋਂ ਅਪੀਲ ਕਰਾਂਗੇ, ਕਾਨੂੰਨ ਪ੍ਰਕਿਰਿਆ ਤੋਂ ਅਪੀਲ ਕਰਾਂਗੇ। ਜੋ ਹੋਰ ਵੀ ਮਾਮਲੇ ਹਨ ਜਿਨ੍ਹਾਂ ਦੀ ਅਜੇ ਸੁਣਵਾਈ ਹੋਣੀ ਹੈ ਸਿੱਖ ਕਤਲੇਆਮ ਦੋਸ਼ੀਆਂ ਦੀ, ਉਹ ਜਲਦ ਤੋਂ ਜਲਦ ਉਹਨਾਂ ਦੀ ਸੁਣਵਾਈ ਕੀਤੀ ਜਾਏ ਤੇ ਉਹਨਾਂ ਦੇ ਨਿਪਟਾਰਾ ਕੀਤਾ ਜਾਏ ਤੇ ਜੋ ਦੋਸ਼ੀ ਸਿੱਖ ਕਤਲੇਆਮ ਦੇ ਬਾਹਰ ਘੁੰਮ ਰਹੇ ਹਨ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਏ, ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਫਾਂਸੀ ਦੀ। ਉਸ 1984 ਦੇ ਸਿੱਖ ਕਤਲੇਆਮ ਕਰਨ ਵਾਲੇ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਕੇ ਉਹਨਾਂ ਨੂੰ ਸਿੱਖਾਂ ਦੇ ਕਤਲੇਆਮ ਦਾ ਤੋਹਫਾ ਦਿੱਤਾ ਹੈ। ਅਸੀਂ ਇਸ ਗੱਲ ਦੀ ਸਖ਼ਤ ਨਿੰਦਿਆ ਕਰਦੇ ਹਾਂ। ਅਸੀਂ ਇਹ ਮੰਗ ਕਰਦੇ ਹਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਕੋਲੋਂ, ਉਹਨਾਂ ਨੂੰ ਸਿੱਖਾਂ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਮੁੱਖ ਮੰਤਰੀ ਦੇ ਪਦ ਤੋਂ ਉਤਾਰ ਕੇ ਆਪਣਾ ਜੋ ਉਹਨਾਂ ਨੂੰ ਉਤਾਰਨਾ ਚਾਹੀਦਾ ਹੈ, ਔਰ ਜੋ ਉਹਨਾਂ ਦੇ ਦੋਸ਼ ਲੱਗੇ ਹਨ ਉਸ ਦੇ ਤਹਿਤ ਉਹਨਾਂ ਨੂੰ ਪਾਰਟੀ ਚੋਂ ਵੀ ਕੱਢਿਆ ਜਾਏ।
ਔਰ ਅਸੀਂ ਇਹ ਮਾਨਯੋਗ ਅਦਾਲਤਾਂ ਤੋਂ ਵੀ ਮਾਨਯੋਗ ਅਦਾਲਤਾਂ ਤੋਂ ਅਪੀਲ ਕਰਾਂਗੇ, ਕਾਨੂੰਨ ਪ੍ਰਕਿਰਿਆ ਤੋਂ ਅਪੀਲ ਕਰਾਂਗੇ, ਜੋ ਹੋਰ ਵੀ ਮਾਮਲੇ ਹਨ ਜਿਨ੍ਹਾਂ ਦੀ ਅਜੇ ਸੁਣਵਾਈ ਹੋਣੀ ਹੈ ਸਿੱਖ ਕਤਲੇਆਮ ਦੋਸ਼ੀਆਂ ਦੀ, ਉਹ ਜਲਦ ਤੋਂ ਜਲਦ ਉਹਨਾਂ ਦੀ ਸੁਣਵਾਈ ਕੀਤੀ ਜਾਏ ਤੇ ਉਹਨਾਂ ਦੇ ਨਿਪਟਾਰਾ ਕੀਤਾ ਜਾਏ ਤੇ ਜੋ ਦੋਸ਼ੀ ਸਿੱਖ ਕਤਲੇਆਮ ਦੇ ਬਾਹਰ ਘੁੰਮ ਰਹੇ ਹਨ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਏ, ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਫਾਂਸੀ ਦੀ